ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਅੱਜ ਤੜਕੇ 5:35 ਵਜੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਸਮੇਤ ਗੁਰਦਾਸਪੁਰ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਤੋਂ ਬਾਅਦ ਤੜਕੇ 5:30 ਵਜੇ ਚੰਡੀਗੜ੍ਹ ਦੇ ਵਿੱਚ ਹਲਕਾ ਮੀਂਹ ਪੈਣਾ ਸ਼ੁਰੂ ਵੀ ਹੋ ਗਿਆ ਇਸ ਦੇ ਨਾਲ ਹੀ ਸੁਨਾਮ ਸੰਗਰੂਰ ਧੂਰੀ ਮਲੇਰਕੋਟਲਾ ਪਾਤਣਾ ਸਮਾਣਾ ਪਟਿਆਲਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਨ ਇਸੇ ਤਰ੍ਹਾਂ ਨਾਭਾ ਅਮਲੂ ਸ਼ਾਹਕੋਟ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੈ ਸultanpur ਲੋਧੀ ਫਗਵਾੜਾ ਜਲੰਧਰ ਨਕੋਦਰ ਫਲੋਰ ਕਪੂਰਥਲਾ ਹੁਸ਼ਿਆਰਪੁਰ ਬਾਬਾ ਬਕਾਲਾ ਬਟਾਲਾ ਡੇਰਾ ਬਾਬਾ ਨਾਨਕ ਬੁੱਢਲਾਡਾ ਭੁਲੱਥ ਦਸੂਆ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਜਿਤਾਈ ਗਈ ਇਸ ਤੋਂ ਪਹਿਲਾਂ 15 ਜੁਲਾਈ ਨੂੰ ਮਾਨਸਾ ਦੇ ਕਈ ਇਲਾਕਿਆਂ ਦੇ ਵਿੱਚ ਵੀ ਮੀਂਹ ਪਿਆ ਤੇ ਅੱਜ ਤੋਂ ਲੈ ਕੇ ਲਗਾਤਾਰ 4 ਦਿਨ ਤੱਕ ਮੌਸਮ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੱਧ ਤੇ ਕਿਤੇ ਥੋੜਾ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਤੇ 4 ਦਿਨਾਂ ਦੇ ਲਈ yellow alert ਵੀ ਜਾਰੀ ਕੀਤਾ ਗਿਆ ਹੈ ਹਾਲੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਹੀ ਦਰਜ ਕੀਤਾ ਗਿਆ ਹੈ ਖਬਰਾਂ ਪੜੇ ਜਾਣ ਤੱਕ ਤੇ ਜੇ ਤੇਜ਼ ਮੀਂਹ ਪੈਂਦਾ ਹੈ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੋਰ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ ਹਰ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਖੱਗਰ ਨੇ ਹਾਲੇ ਤੱਕ ਤਬਾਹੀ ਮਚਾ ਰੱਖੀ ਹੈ ਪਟਿਆਲਾ ਤੇ ਸੰਗਰੂਰ ਦੇ ਵਿੱਚ ਮਾਰ ਕਰਨ ਤੋਂ ਬਾਅਦ ਹੁਣ ਖੱਗਰ ਦਾ ਪਾਣੀ ਮਾਨਸਾ ਵੀ ਪਹੁੰਚ ਗਿਆ ਮਾਨਸਾ ਤੋਂ ਅੱਗੇ ਹਰਿਆਣਾ ਦੇ ਸਿਰਸਾ ਵੱਲ ਵੀ ਵੱਧ ਗਿਆ ਹੈ ਕੱਲ ਮਾਨਸਾ ਦੇ ਚਾਂਦਪੁਰਾ ਪਿੰਡ ਦੇ ਵਿੱਚ ਖੱਗਰ ਦੇ ਵਿੱਚ ਪਾੜ ਪੈ ਗਿਆ 8 ਸੀ ਫੁੱਟ ਚੌੜਾ ਪਾੜ ਪੈਣ ਕਰਕੇ ਪੰਜਾਬ ਤੇ ਹਰਿਆਣਾ ਦੇ ਆਲੇ ਦੋਲੇ ਦੇ ਇਲਾਕਿਆਂ ਦੇ ਵਿੱਚ ਤਰਥੱਲੀ ਮਚ ਗਈ। ਇਸ ਪਾਣੀ ਨੇ ਮਾਨਸਾ ਦੇ ਕਈ ਪਿੰਡ ਡੋਬ ਦਿੱਤੇ ਨੇ। ਹਰਿਆਣਾ ਦੇ ਵੀ ਕਈ ਇਲਾਕੇ ਪਾਣੀ ਦੇ ਵਿੱਚ ਘਿਰ ਗਏ ਨੇ। ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ। ਕਿਸਾਨਾਂ ਨੇ ਤਾਂ 3 ਦਿਨ ਪਹਿਲਾਂ ਤੋਂ ਹੀ ਇੱਥੇ ਡੇਰੇ ਲਾ ਰੱਖੇ ਸਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਤੇ ਹੜਪੀੜਿਤ ਆਪਣਾ ਸਮਾਨ ਟਰਾਲੀਆਂ 'ਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਚੱਲ ਵੀ ਪਏ ਨੇ ਦੂਸਰੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਖੱਗਰ ਦਾ ਪਾਣੀ ਹੋਰ ਨਾ ਥਾਵਾਂ ਤੇ ਨੀਵਾ ਜਾਣਾ ਸ਼ੁਰੂ ਹੋ ਗਿਆ ਹੈ ਕਈ ਇਲਾਕਿਆਂ ਦੇ ਵਿੱਚ 2-2 ਫੁੱਟ ਪਾਣੀ ਥੱਲੇ ਚਲਾ ਗਿਆ ਮਾਨਸੰਦ ਡੀਸੀ ਰਿਸ਼ੀਪਾਲ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਪਾੜ ਪੂਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਦੂਲਗੜ ਦੇ ਐਸਡੀਐਮ ਅਮਰਿੰਦਰ ਸਿੰਘ ਮੱਲੀ ਨੇ ਵੀ ਦੱਸਿਆ ਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਰਕੇ ਪਾੜਨੂਪੂਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਚਾਂਦਪੁਰਾ ਸਾਈਫਨ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਮੰਗਰੋਂ ਤਿੰਨ ਬੰਨ ਟੁੱਟ ਗਏ ਨੇ ਜਿਸ ਕਰਕੇ ਜਾਖਲ ਦੇ ਵੀ 12 ਪਿੰਡਾਂ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਨੇ ਪਿੰਡ ਕੁੱਲਰੀਆਂ ਤੇ ਬਰੇਟਾ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਚੁੱਲੜ ਤਲਵਾੜਾ ਤਲਵਾੜੀ ਸਾਧਨਵਾਸ ਦੇ ਵਿੱਚ ਵੀ ਪਾਣੀ ਪਹੁੰਚ ਗਿਆ ਇਸ ਤਰ੍ਹਾਂ ਰੰਗੋਈ ਨਾਲੇ ਦਾ ਸ਼ਕਰਪੁਰਾ ਵਾਲਾ ਬੰਨ ਟੁੱਟਣ ਕਰਕੇ ਪਿੰਡ ਦਿਵਾਨਾ ਢੇਰ ਮਿਉਂਦ ਤੇ ਹੋਰ ਪਿੰਡ ਵੀ ਇਸ ਦੀ ਮਾਰ ਹੇਠ ਆ ਗਏ ਨੇ ਪੰਜਾਬ ਸਰਕਾਰ ਲਗਾਤਾਰ ਹੜਪੀੜਤਾ ਦੇ ਨਾਲ ਖੜਨ ਦਾ ਦਾਵਾ ਕਰ ਰਹੀ ਹੈ ਤਾਂ ਵਿਰੋਧੀ ਵੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਨੇ ਲਾਲੜੂ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਦੀ ਬੇਤਿਆਨੀ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਮਾਨਸਾ ਤੋਂ ਇਲਾਵਾ ਸੰਗਰੂਰ ਦੇ ਖਨੌਰੀ ਤੇ ਮੂੜਕ ਦੇ ਵਿੱਚ ੱਗਰ ਦਰਿਆ ਦਾ ਖੌਫ ਹਾਲੇ ਵੀ ਬਰਕਰਾਰ ਹੈ ਭਾਵੇਂ ਇੱਥੇ ਪਾਣੀ ਦਾ ਪੱਧਰ 2 ਫੁੱਟ ਘਟਿਆ ਪਰ ਹਾਲੇ ਵੀ ਇਲਾਕੇ ਦੇ ਦਰਜਨਾ ਪਿੰਡ ਇਸ ਦੀ ਲਪੇਟ ਵਿੱਚ ਨੇ ਖਨੌੜੀ ਖਨੌਰੀ ਨੇੜੇ ਭਾਵੇਂ ਕੈਥਲ ਡਰੋਨ ਤੋਂ ਪਾਣੀ ਟੁੱਟਣ ਦਾ ਖਤਰਾ ਸੀ ਪਰ ਲੋਕਾਂ ਨੇ ਖੁਦ ਹੀ ਮੋਰਚਾ ਸਾਹਮਣੇ ਆ ਬੰਨ ਨੂੰ ਮਜ਼ਬੂਤ ਕਰ ਲਿਆ ਹਾਲਾਂਕਿ ਪ੍ਰਸ਼ਾਸਨ ਫੌਜ ਐਨ ਡੀ ਆਰ ਐਫ ਤੇ ਪੁਲਿਸ ਦੇ ਜਵਾਨ ਵੀ ਲਗਾਤਾਰ ਸਥਾਨਿਕ ਲੋਕਾਂ ਦੀ ਮਦਦ ਲਈ ਡੱਟੇ ਹੋਏ ਨੇ ਐਸਜੀਪੀਸੀ ਨੇ ਹੜਪੀੜਤਾਂ ਦੇ ਲਈ ਇੱਥੇ ਹੋਰ ਸਮਗਰੀ ਭੇਜ ਦਿੱਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵੀ ਮੂਨਕ ਦੇ ਹੜਪੀੜਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਵੰਡਦੇ ਦੇਖੇ ਗਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੱਲ ਰੂਪਨਗਰ ਦੇ ਵਿੱਚ ਸੀਨੀਅਰ ਅਧਿਕਾਰੀਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਹੜਾ ਸੰਬੰਧੀ ਮੀਟਿੰਗ ਕੀਤੀ ਇਸ ਦਰਮਿਆਨ ਉਹਨਾਂ ਦੱਸਿਆ ਕਿ ਲੋਕਾਂ ਦੇ ਲਈ ਫੌਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਮਕਸਦ ਨਾਲ ਸੂਬੇ ਦੇ ਸਾਰੇ ਸਿਵਲ ਸਰਜਨਾ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਮੰਤਰੀ ਸਹਾਬਾਨਾਂ ਜਾਂ ਫਿਰ ਵੀਆਈਪੀਜ਼ ਦੇ ਨਾਲ ਐਂਬੂਲੈਂਸਾਂ ਹੁਣ ਤਾਇਨਾਤ ਨਾ ਕੀਤੀਆਂ ਜਾਣ ਇਹ ਲੋਕਾਂ ਦੀ ਮਦਦ ਦੇ ਵਿੱਚ ਲਾਈਆਂ ਜਾਣ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ 2000 ਹੋਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀ ਭਰਤੀ ਪ੍ਰਕਿਰਿਆ ਵਿੱਚ ਛੇਤੀ ਵਿੱਢੀ ਜਾਵੇਗੀ। ਸ੍ਰੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਸੜਕਾਂ ਦੀ ਮੁਰੰਮਤ ਲਈ ਪ੍ਰਸ਼ਾਸਨ ਜ਼ੋਰਾਂ-ਸ਼ੋਰਾਂ ਤੇ ਲੱਗਿਆ ਹੋਇਆ ਹੈ। ਤਿੰਨ ਮੁੱਖ ਸੜਕਾਂ ਤੇ ਆਵਾਜਾਈ ਦੀ ਬਹਾਲੀ ਲਈ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਮੀਂਹ ਕਾਰਨ ਇਹ ਸੜਕਾਂ ਪਿਛਲੇ ਦਿਨੀ ਨੁਕਸਾਨੀਆਂ ਗਈਆਂ ਸੀ। ਹਾਲਾਂਕਿ ਕਈ ਥਾਵਾਂ ਤੇ ਹਾਲੇ ਤੱਕ ਵੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਦਸ ਸੌ ਮਹੀਨੇ ਦੇ ਪਹਿਲੇ ਦਿਨ ਹੀ ਚੰਡੀਗੜ੍ਹ ਦੇ ਵਿੱਚ ਮੀਂਹ ਪਿਆ ਹੈ ਮੌਸਮ ਵਿਭਾਗ ਨੇ ਇਸ ਦੀ ਪੂਰੀ ਪੂਰੀ ਸੰਭਾਵਨਾ ਜਿਤਾਈ ਸੀ ਕਿ 16 17 18 ਤੇ 19 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਰੁਕ ਰੁਕ ਕੇ ਮੀਂਹ ਪਵੇਗਾ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਅੱਜ ਚੰਡੀਗੜ੍ਹ ਦੇ ਵਿੱਚ ਤੜਕੇ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਯੂਟੀ ਪ੍ਰਸ਼ਾਸਨ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਿਸ਼ਨਗੜ੍ਹ ਤੇ ਮੱਖਣ ਮਾਜਰਾ ਪੁਲ ਸੋਮਵਾਰ ਨੂੰ ਖੋਲ ਦਿੱਤੇ ਜਾਣਗੇ ਚੰਡੀਗੜ੍ਹ ਦੇ ਨਾਲ ਲੱਗਦੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੇੜਲੇ ਪਿੰਡਾਂ ਦੇ ਵਿੱਚ ਪੇਚਸ਼ ਦੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਮੁਹਾਲੀ ਦੀ ਜੂ ਦੇ ਵਿੱਚ ਵਸੇ ਇੱਕ ਕਸਬਾ ਬਿਲੋਂਗੀ ਬੜਮਾਜਰਾ, ਜੁਝਾਰਨਗਰ ਤੇ ਦਾਉਂ ਦੇ ਵਿੱਚ ਪੇਚਸ਼ ਫੈਲ ਗਿਆ ਹੈ। 2 ਦਰਜਨ ਦੇ ਕਰੀਬ ਮਰੀਜ਼ ਹੁਣ ਤੱਕ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋ ਚੁੱਕੇ ਨੇ। SDM ਸੰਯੁਕਤ ਕਮਿਸ਼ਨਰ ਤੇ ਸਿਵਲ ਸਰਜਨ ਦੇ ਵੱਲੋਂ ਬਿਲਾਉਂਗੀ ਦਾ ਦੌਰਾ ਕੀਤਾ ਗਿਆ ਪੀਜੀਆਈ ਤੇ ਐਮਜ਼ ਦੀ ਟੀਮ ਨੇ ਇਥੋਂ ਪਾਣੀ ਦੇ ਨਮੂਨੇ ਵੀ ਭਰ ਲਏ ਨੇ ਕਪੂਰਥਲਾ ਤੋਂ ਇੱਕ ਵੱਡੀ ਖਬਰ ਆਈ ਹੈ ਜਿੱਥੇ ਕਾਂਗਰਸ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਖਿਲਾਫ ਪਿੰਡ ਪਰੋਆਣਾ ਨੇੜੇੋਂ ਸਤਲੁਜ ਦਾ ਤੁਸੀਂ ਬੰਨ ਤੋੜਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਵਿਧਾਇਕ ਸਮੇਤ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਦਰਅਸਲ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬੰਨ ਤੋੜਨ ਦੀ ਨਿਖੇਦੀ ਕੀਤੀ ਤੇ ਵਿਧਾਇਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਦੂਸਰੇ ਪਾਸੇ ਬੰਨ ਤੋੜਨ ਤੋਂ ਬਾਅਦ ਕੁਝ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਘਟਣ ਦਾ ਦਾਵਾ ਕੀਤਾ ਜਾ ਰਿਹਾ ਹੈ ਵਿਧਾਇਕ ਰਾਣਾ ਦੀ ਗੱਲ ਕਰ ਲਈਏ ਤਾਂ ਉਹਨਾਂ ਮੁਤਾਬਕ ਉਹਨਾਂ ਦੇ ਇਲਾਕੇ ਦੇ ਲੋਕ ਹੜ੍ਹ ਦੇ ਪਾਣੀ ਕਾਰਨ ਖਤਰੇ ਵਿੱਚ ਨੇ ਪਰ ਪ੍ਰਸ਼ਾਸਨ ਬੇਖਬਰ ਹੈ ਕਹਿੰਦੇ ਉਹ ਕੱਲ ਹੀ ਕੈਨੇਡਾ ਤੋਂ ਵਤਨ ਪ੍ਰਤੀਨਿਧੀ ਆਉਂਦੇ ਆ ਹੀ ਉਹਨਾਂ ਨੇ ਆਪਣੇ ਹਲਕੇ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹ ਦਾ ਜਾਇਜ਼ਾ ਲਿਆ ਅੱਠ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਹੜ੍ਹ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ ਵਿਧਾਇਕ ਨੇ ਡਰੇਨੇਜ ਵਿਭਾਗ ਨੂੰ ਵੀ ਸੂਚਿਤ ਕੀਤਾ ਕਿ ਜੇ ਤੁਸੀਂ ਬੰਨ ਤੋੜ ਦਿੱਤਾ ਜਾਵੇ ਤਾਂ ਹੜ ਦਾ ਪਾਣੀ ਵਾਪਸ ਸਤਲੁਜ ਦਰਿਆ ਵਿੱਚ ਹੁੰਦੇ ਹੋਏ ਹਰੀਕੇ ਹੈੱਡ ਵਰਕਸ ਵੱਲ ਚਲਾ ਜਾਏਗਾ। ਜਵਾਬ ਚ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਨ ਤੋੜਨ ਦੇ ਲਈ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਇਸ ਤੋਂ ਬਾਅਦ ਵਿਧਾਇਕ ਨੇ ਆਪਣੇ ਪੱਧਰ ਤੇ ਪਿੰਡ ਵਾਸੀਆਂ ਤੇ ਵਰਕਰਾਂ ਨੂੰ ਬੰਨ ਤੋੜਨ ਦੇ ਲਈ ਕਹਿ ਦਿੱਤਾ। ਪੁਲਿਸ ਵੀ ਮੌਕੇ ਤੇ ਪਹੁੰਚੀ ਪਰ ਲੋਕਾਂ ਦੇ ਮੂਹਰੇ ਪੁਲਿਸ ਦੀ ਇੱਕ ਨਾ ਚੱਲੀ। ਸੁਲਤਾਨਪੁਰ ਲੋਧੀ ਦੇ ਐਸ ਡੀ ਐਮ ਚੰਦਰਾ ਜੋਤੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਦੱਸ ਸਕਦੇ ਨੇ। ਕਪੂਰਥਲਾ ਦੇ ਡੀ ਸੀ ਕੈਪ ਡਰਨ ਕਰਨਲ ਸਿੰਘ ਮੁਤਾਬਕ ਉਹਨਾਂ ਨੇ ਡਰੇਨੇਜ ਵਿਭਾਗ ਦੇ ਐਕਸੀਅਨ ਨੂੰ ਵਿਸਤਾਰਿਤ ਰਿਪੋਰਟ ਪੁਲਿਸ ਨੂੰ ਸੌਂਪਣ ਦੇ ਹੁਕਮ ਦੇ ਦਿੱਤੇ ਨੇ ਜਾਂਚ ਤੋਂ ਬਾਅਦ ਹੀ ਨਿਜਮਾ ਮੁਤਾਬਕ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਦੂਜੀ ਵਾਰ ਸੇ ਜਲੰਧਰ ਦੇ ਵਿੱਚ ਤੁਸੀਂ ਬੰਚ ਪਏ ਪਾੜ ਨੂੰ ਲੋਕਾਂ ਨੇ 5 ਦਿਨਾਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਪੂਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵਿੱਚ ਸ਼ਾਮਿਲ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਕੇ ਹੜਾਂ ਕਾਰਨ ਹੋਈ ਤਬਾਹੀ ਦੇ ਲਈ ਸਿਆਸੀ ਤਿਰਾਨੂ ਜ਼ਿੰਮੇਵਾਰ ਦੱਸਿਆ ਹੈ। ਫਰੀਦਕੋਟ ਤੋਂ ਵੱਡੀ ਖਬਰ ਹੈ ਜਿੱਥੇ ਪੁਲਿਸ ਦੇ ਵੱਲੋਂ ਹਫਤਾ ਪਹਿਲਾਂ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਬੰਬੀਹਾ ਗਰੁੱਪ ਦਾ ਗੈਂਗਸਟਰ ਸਰੇਂਦਰਪਾਲ ਉਰਫ ਬਿੱਲਾ ਕੱਲ ਤੜਕੇ ਤੜਕੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਜਿਸ ਨਾਲ ਪੁਲਿਸ ਦੀ ਇੱਕ ਵਾਰੀ ਫੇਰ ਤੋਂ ੇਠੀ ਹੋਈ ਹੈ 11 ਜੁਲਾਈ ਨੂੰ ਮੁਕਾਬਲੇ ਦੌਰਾਨ ਗੈਂਗਸਟਰ ਬਿੱਲੇ ਦੀ ਗੋਲੀ ਬੱਜੀ ਸੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰਗੁਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਕੱਲ ਤੜਕੇ 4 ਵਜੇ ਗੈਂਗਸਟਰ ਬਿੱਲਾ ਬਾਥਰੂਮ ਕਰਨ ਲਈ ਆਪਣੇ ਵਾਰਡ ਚੋਂ ਬਾਹਰ ਆਇਆ ਤੇ ਪੁਲਿਸ ਮੁਲਾਜ਼ਮਾਂ ਨੂੰ ਚੱਕਾਨੀ ਦੇ ਕੇ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਜ਼ਿਲੇ ਭਰ ਚ ਨਾਕੇ ਲਾ ਕੇ ਉਸ ਤੇ ਭਾਲ ਸ਼ੁਰੂ ਕਰ ਦਿੱਤੀ ਐ ਪਰ ਲੰਗੀ ਅੱਧੀ ਰਾਤ ਤੱਕ ਪੁਲਿਸ ਬਿੱਲੇ ਨੂੰ ਲੱਭ ਨਹੀਂ ਸਕੇ ਸੀ। ਜ਼ਾਹਿਰ ਤੌਰ ਤੇ ਪੁਲਿਸ ਦੀ ਵੱਡੀ ناکਾਮੀ ਇੱਥੇ ਸਾਬਿਤ ਹੁੰਦੀ ਐ। ਦਿੱਲੀ ਤੋਂ ਤਾਜ਼ਾ ਜਾਣਕਾਰੀ ਦੇ ਦਈਏ ਤਾਂ ਕੱਲ ਭਾਵੇਂ ਯਮਨਾ ਦਾ ਪੱਧਰ ਘਟਣ ਕਰਕੇ ਖਤਰਾ ਘਟ ਗਿਆ ਸੀ ਪਰ ਕੱਲ ਸ਼ਾਮ ਨੂੰ ਰਾਜਧਾਨੀ ਦੇ ਵਿੱਚ ਭਰਮਾ ਮੀ ਪਿਆ ਜਿਸ ਦੇ ਨਾਲ ਲੋਕਾਂ ਦੀ ਅੰਤਿਕਤਾ ਹੋਰ ਵਧੀਆਂ ਲੱਗਦੀਆਂ ਨੇ। ਮੀਂਹ ਕਾਰਨ ਰਾਜਸਥਾਨੀ ਚ ਕਈ ਥਾਵਾਂ ਤੇ ਪਾਣੀ ਭਰ ਗਿਆ ਆਵਾਜਾਈ ਪ੍ਰਭਾਵਿਤ ਹੋਈ ਤੇ ਜਿੱਥੇ ਹੜ ਦਾ ਪਾਣੀ ਯਮੁਨਾ ਦਾ ਪਾਣੀ ਭਰਿਆ ਹੋਇਆ ਸੀ ਉੱਥੇ ਦਿੱਕਤਾਂ ਹੋਰ ਵੱਧ ਗਈਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਯਮੁਨਾ ਨਦੀ ਦੇ ਪਾਣੀ ਦੇ ਪੱਧਰ ਚ ਕਮੀ ਦਰਜ ਕੀਤੀ ਗਈ ਸੀ ਪਰ ਤਾਜ਼ਾ ਜਿਹੜਾ ਮੀਂਹ ਪਿਆ ਹੈ ਉਸ ਤੇ ਕਾਰਨ ਪਾਣੀ ਦਾ ਪੱਧਰ ਹੋਰ ਵਧਨ ਦਾ ਖਦਸ਼ਾ ਬਣ ਗਿਆ ਦਿੱਲੀ ਦੇ ਅੱਗ ਬੁਝਾਓ ਵਿਭਾਗ ਦੇ ਮੁਲਾਜ਼ਮਾਂ ਨੇ ਆਈਟੀਯੂ ਸਥਿਤਿਕ ਸਿਖਲਾਈ ਸੰਸਥਾ ਦੇ ਵਿੱਚ ਹੜ ਦਾ ਪਾਣੀ ਦਾਖਲ ਹੋਣ ਕਾਰਨ ਫਸੇ 33 ਵਿਦਿਆਰਥੀਆਂ ਨੂੰ ਬਚਾ ਲਿਆ ਮੁੱਖ ਮੰਤਰੀ ਅਰਵਿੰਦ ਕੇਜੀ ਵਾਰਨੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਸਥਾਨਕ ਲੋਕਾਂ ਦੀ ਮਦਦ ਲਈ ਹਰ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਨੇ।